ਬਿਲਕੁਲ ਜੀ, ਜਿੰਨੇ ਵੀ ਨੌਜਵਾਨਾਂ ਨੂੰ ਤੁਸੀਂ ਦੇਖੋਗੇ ਉਹਨਾਂ ਦੀ ਜੇਬਾਂ ਦੇ ਵਿੱਚੋਂ ਮੋਬਾਈਲ ਨਹੀਂ ਮਿਲਣਗੇ, ਅਥੋ ਗੈਸ ਦੇ ਜਿਹੜੇ ਆ ਚੀਜ਼ਾਂ ਮਿਲਣਗੀਆਂ, ਆਹ ਵਾ ਬੰਬ ਬੰਬ ਆ ਵੇਖ ਸਕਦੇ ਹੋ। ਇਹ ਆ ਸਰਕਾਰ ਦੀ ਨੀਤੀ, ਪ੍ਰਸ਼ਾਸਨ ਦੀ ਨੀਤੀ, ਤੇ ਫਿਰ ਇਹਦਾ ਇਲਾਜ ਲੱਭ ਲਿਆ ਕਿਹਨੂੰ ਕੰਟਰੋਲ ਕਰ ਲਿਆ ਇਲਾਜ ਜੀ। ਦੇਖੋ ਜੀ, ਜਿੰਨੇ ਵੀ ਨੌਜਵਾਨ ਨੇ ਸਾਰਿਆਂ ਨੂੰ ਅਪੀਲ ਕਰਨੀ ਚਾਹੁੰਦੇ ਆ, ਇੱਕ ਗਿੱਲੀ ਬੋਰੀ ਜਾਂ ਗਿੱਲਾ ਕੱਪੜਾ ਕਰਕੇ ਰੱਖੋ, ਜਦੋਂ ਇਹ ਬੰਬ ਵੱਜਦਾ ਉਹ ਤੋਂ ਬਾਅਦ ਇਹ ਧੂੰਆਂ ਨਿਕਲਦਾ ਉਹਦੇ ਜਦੀ ਢੱਕ ਦਿਓ, ਪਰ ਇਹਦਾ ਇੱਕ ਪਟਾਕਾ ਵੱਜਦਾ ਜੀ, ਪਟਾਕਾ ਵੱਜਣ ਤੋਂ ਪਹਿਲਾਂ ਇਹਨੂੰ ਹੱਥ ਨਾ ਲਾਓ। ਇੱਥੇ ਨਿਹੰਗ ਸਿੰਘ ਨੇ ਸਾਡੇ ਨੇ ਇਹਨੂੰ ਹੱਥ ਪਾ ਲਿਆ ਬੰਬ ਵੱਜਣ ਤੋਂ ਪਹਿਲਾਂ, ਉਹਦਾ ਹੱਥ 'ਚ ਫਟ ਗਿਆ, ਉਹਦਾ ਬੇਚਾਰਾ ਖੂਨੇ ਖੂਨ ਨਿਕਲਿਆ ਪਿਆ, ਹੱਥ ਸ਼ਾਇਦ ਡੈਮੇਜ ਹੋ ਗਿਆ, ਕੋਈ ਵੀ ਅੰਗ ਤੁਹਾਡਾ ਡੈਮੇਜ ਹੋ ਸਕਦਾ। ਇਹ ਜਦੋਂ ਚੱਲਦਾ ਪਟਾਕਾ ਵੱਜਣ ਤੋਂ ਪਹਿਲਾਂ ਕਦੇ ਵੀ ਨਾ ਹੱਥ ਪਾਓ ਇਹਨੂੰ, ਉਹ ਤੋਂ ਬਾਅਦ ਇਹ ਬੋਰੀ ਦੇ ਨਾਲ ਬੋਰੀ ਨਾਲ ਢੱਕ ਦੋ ਜੀ, ਬੋਰੀ ਨਾਲ ਇਹਨੂੰ ਪਟਾਕਾ ਵੱਜਣ ਤੋਂ ਬਾਅਦ ਢੱਕ ਦੋ, ਤੂੰ ਇਹਨੂੰ ਕੰਟਰੋਲ ਆਉਂਦਾ। ਤੇ ਪਹੁੰਚ ਗਈ ਹਰ ਮੰਦਾਨ 'ਚ ਫਤਿਹ, ਬਾਈ ਜੀ ਦੇਖੋ ਇੱਕ ਆਪਣੇ ਨਾਲ ਨੂਣ ਰੱਖੋ, ਜਦੋਂ ਸਾਹ ਆਉਣਾ ਔਖਾ ਹੋ ਜਾਂਦਾ ਤਾਂ ਨੂਣ ਚੱਟੋ। ਹਾਂਜੀ ਨੂਣ ਚੱਟੋ, ਬਹੁਤ ਔਖਾ ਸਾਹ ਆਉਂਦਾ। ਆਹ ਦੇਖੋ ਆਹ ਕੈਮਰਾ ਪਰਸਨ ਆਪਣੇ ਕੋਲ ਰੱਖਿਆ ਹੋਇਆ, ਸਰਕਾਰ ਦੀ ਪ੍ਰਸ਼ਾਸਨ ਦੀ ਤਿਆਰੀ ਤੇ ਕਿਸਾਨ ਵੀ ਜਗਾੜਨਾ ਜੀ। ਸਾਡਾ ਸਿੰਘਾਂ ਦਾ ਫਤਿਹ ਫਤਿਹ ਬੁਲਾ ਕੇ ਰਹੇਗਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਇਹ ਅਥਰੂ ਗੈਸ ਸੁੱਟਦੇ ਆ ਉਹਦਾ ਇਲਾਜ ਤੁਸੀਂ ਬੋਰੀ ਵੀ ਲੱਭ ਲਿਆ, ਤੇ ਆਹ ਨਮਕ ਆ, ਨਮਕ ਵੀ ਆ ਜੀ, ਗਿੱਲਾ ਰੁਮਾਲ ਹੈ ਅਸੀਂ, ਹਾਂ ਅੱਖਾਂ ਦੇ ਉਸੀਨਾ ਬੁਲਾ ਲੈਣਾ ਤੇ ਸਾਡੇ ਕੋਲ ਕੋਈ ਮਹਿਸੂਸ ਨਹੀਂ ਹੁੰਦਾ, ਮੂੰਹ ਕਾ ਹੋੜਾ ਤੇ ਜਲਨ ਖਤਮ ਹੋ ਜਾਂਦੀ ਹੈ। ਤੁਹਾਨੂੰ ਹੋਰ ਦੱਸਣਾ ਚਾਹੁੰਦਾ, ਜਦੋਂ ਇਹ ਅਥਰੂ ਗੈਸ ਦਾ ਆਪਣੇ ਅੱਖਾਂ ਤੇ ਨੁਕਸਾਨ ਹੁੰਦਾ, ਇਹਨੂੰ ਅੱਖਾਂ ਨੂੰ ਮਲੋ ਨਾ ਤੁਸੀਂ, ਬਸ ਹਲਕਾ ਜਿਹਾ ਗਿੱਲਾ ਕੱਪੜਾ ਫੇਰੋ।